ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੋਣੀ ਕੁੜੀ ਨਾਲ ਰਿਸ਼ਤਾ ਪੱਕਾ ਕਰਕੇ ਵਿਆਹ ਲਈ ਭੇਜਦੀ ਬੁੜੀ ਔਰਤ ਲਾੜਾ ਪਹੁੰਚਿਆ ਥਾਣੇ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੂਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਕੱਲ੍ਹ ਆਦਮੀ ਨੂੰ ਬਹੁਤ ਸੰਭਾਲ ਸੰਭਾਲ ਕੇ ਚੱਲਣਾ ਪੈਂਦਾ ਹੈ ਸੰਭਲ ਸੰਭਲ ਕੇ ਚੱਲਣ ਦੀ ਲੋੜ ਹੈ ਪੈਰ ਪੈਰ ਤੇ ਧੋਖਾ ਹੁੰਦਾ ਕਈ ਲੋਕ ਤਾਂ ਬੇਈਮਾਨੀ ਦੀ ਹੀ ਖੱਟੀ ਖਾਂਦੇ ਨੇ ਉਹਨਾਂ ਨੂੰ ਕੋਈ ਵੀ ਟੱਕਰ ਜਾਵੇ ਉਹਨਾਂ ਦਾ ਸ਼ਿਕਾਰ ਟੱਕਰ ਜਾਵੇ ਧੋਖੇ ਦਾ ਸ਼ਿਕਾਰ ਹੋਏ ਆਦਮੀ ਇਨਸਾਫ ਦੇ ਲਈ ਝਟਕਣ ਵਾਸਤੇ ਮਜਬੂਰ ਹੋ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਇਟਾਵਾ ਦੇ ਅਧੀਨ ਥਾਣਾ ਸਿਵਲ ਲਾਈਨਸ ਦੇ ਵਿੱਚ ਹਲਕੇ ਦੇ ਵਿੱਚ ਪੈਂਦੇ ਵਿਜੇਪੁਰ ਦਾ ਰਹਿਣ ਵਾਲਾ ਸ਼ਤਰੂ ਗੰਨ ਸਿੰਘ ਨਾਂ ਦੇ ਨੌਜਵਾਨ ਨਾਲ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਆ ਤਸਵੀਰ ਦੇ ਵਿੱਚ ਪਹਿਲਾਂ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਸੋਸ ਦੇ ਨਾਲ ਇੱਕ ਬਜ਼ੁਰਗ ਔਰਤ ਖੜੀ ਹੋਈ ਆ ਇਸ ਦੱਸ ਦੇ ਨਾਲ ਕੀ ਰਿਲੇਸ਼ਨ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਛਤੂ ਸਿੰਘ ਜਿਹੜਾ ਵਿਆਹ ਵਾਲੇ ਕੱਪੜਿਆਂ ਦੇ ਵਿੱਚ ਆ ਸੋ ਸ਼ੇਰਵਾਣੀ ਉਸਨੇ ਪਾਈ ਹੋਈ ਆ ਤੇ ਇਹ ਤਸਵੀਰ ਜਿਹੜੀ ਬਜ਼ੁਰਗ ਔਰਤ ਆ ਇਹਦਾ ਇਸ ਨਾਲ ਕੀ ਰਿਲੇਸ਼ਨ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਉਸ ਨੂੰ 20 ਸਾਲ ਦੀ ਸੋਹਣੀ ਸੁਨੱਖੀ ਕੁੜੀ ਦਿਖਾ ਕੇ ਵਿਆਹ ਪੱਕਾ ਕਰ ਦਿੱਤਾ ਗਿਆ ਪਰ ਬਆਂ ਵਾਲੇ ਦਿਨ ਲਾੜੀ ਜਿਵੇਂ ਲਾੜੀ ਨੂੰ ਉਸਨੇ ਦੇਖਿਆ ਉਸਦੀ ਉਮਰ 50 ਸਾਲ ਤੋਂ ਜ਼ਿਆਦਾ ਦੀ ਔਰਤ ਸੀ ਉਸ ਤੋਂ ਬਾਅਦ ਉਹ ਮਾਮਲਾ ਲੈ ਕੇ ਪੁਲਿਸ ਕੋਲੇ ਪਹੁੰਚ ਗਿਆ ਐਸਪੀ ਸਿਟੀ ਨੇ ਮਾਮਲੇ ਦੇ ਵਿੱਚ ਠਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਜਾਂਚ ਕਰਕੇ ਇਨਸਾਫ ਕਰਨ ਦੀ ਗੱਲ ਆਖੀ ਮਿਲੀ ਜਾਣਕਾਰੀ ਮੁਤਾਬਕ 10 ਦਿਨ ਪਹਿਲਾਂ ਛਤੂਗੰਦ ਦੇ ਵਿਆਹ ਦੀ ਗੱਲ ਚੱਲੀ ਸੀ ਕਾਸ਼ਕਾ ਨੰਗਲਾ ਦੇ ਇੱਕ ਪਰਿਵਾਰ ਨੇ ਉਸ ਨੂੰ 20 ਸਾਲ ਦੀ ਸੁਨੱਖੀ ਲੜਕੀ ਦਿਖਾਈ ਜਿਸ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ ਪਰਿਵਾਰਾਂ ਨੇ ਮਿਲ ਕੇ ਵਿਆਹ 27 ਅਗਸਤ ਦਾ ਦਿਨ ਨਿਸ਼ਚਿਤ ਕੀਤਾ ਸ਼ਤਰੂ ਗੰਨ ਸਿੰਘ ਵਿਜੇਪੁਰ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਵਿਆਹ ਲਈ ਪਹੁੰਚਿਆ ਲਾੜੀ ਨੂੰ ਦੇਖ ਕੇ ਉਸ ਦੇ ਹੋਸ਼ ਛੁੱਟ ਗਏ ਉਹ ਕੁੜੀ ਨਹੀਂ ਸੀ ਉਹ 50 ਸਾਲਾਂ ਦੀ ਕੋਈ ਹੋਰ ਔਰਤ ਸੀ ਸੋ ਇਹ ਲਾੜੇ ਦੇ ਹੋਸ਼ ਤੋਂ ਸੀ ਉੱਡੇ ਹੋਏ ਹੁਣ ਵੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਦੋਂ ਸ਼ਤਰੂ ਗੰਨ ਸਿੰਘ ਨੇ ਵਿਆਹ ਕਰਨ ਤੋਂ ਨਾ ਕਰ ਦਿੱਤੀ ਤਾਂ ਲੜਕੀ ਧਿਰ ਵਾਲਿਆਂ ਨੇ ਉਸ ਦੀ ਜਾਨ ਲੈਣ ਦੀਆਂ ਧਮਕੀਆਂ ਦੇਣ ਲੱਗੇ ਸ਼ਤਰੂ ਗੰਨ ਸਿੰਘ ਦਾ ਦੋਸਤ ਹੈ ਕਿ ਦੂਜੀ ਧਿਰ ਨੇ ਉਸ ਨੂੰ 35000 ਰੁਪਏ ਵਿੱਚ ਚੂਨਾ ਲਾ ਦਿੱਤਾ ਇਸ ਸਬੰਧ ਵਿੱਚ ਥਾਣਾ ਸੇਵਾ ਲਾਈਨ ਵਿੱਚ ਦਰਖਾਸਤ ਦਿੱਤੀ ਗਈ ਹੈ ਤੇ ਉਸਦੀ ਮਾਂ ਇੰਦਰਾ ਵੀ ਇਨਸਾਫ ਦੇ ਲਈ ਮੰਗ ਕਰ ਰਹੀ ਆ ਧੰਨਵਾਦ